ਮਿੱਤਰ ਸੈਨਬੀ ਦਾ ਕਹਾਣੀ ਸੰਗ੍ਰਹਿ ਲਾਮਦੀ ਪਹਿਲੀ ਕਹਾਣੀ ਹੈ ਵਿਰਾਸਤ ਦਿਨ ਉੱਗਣ ਤੋਂ ਪਹਿਲਾਂ ਹੀ ਰਾਮਦਿਆਲ ਨੂੰ ਉਦਾਸੀ ਦੇ ਬਦਲਾ ਨੇ ਆ ਕੇ ਰਿਆ ਉਹ ਸਵਰਗੀ ਮੰਨੇ ਪਰਮੰਨੇ ਜੱਜ ਦੀ ਪਤਨੀ ਸਵੇਰੀ ਬਣ ਸੰਵਰ ਕੇ ਗੇਟ ਤੇ ਖੜੋਈ ਸਸਤੇ ਜੇ ਗਿਫਟਾਂ ਲਈ ਘਟਿਆ ਜੇ ਬੰਦਿਆਂ ਨੂੰ ਢੀਕੇ ਇਹ ਉਹਨੂੰ ਪਸੰਦ ਨਹੀਂ ਸੀ ਪਰ ਦਿਨ ਚੜਦਿਆਂ ਹੀ ਤੇਜੋ ਨੇ ਡਰਾਮਾ ਕਰਨਾ ਸੀ ਇਸ ਬਾਰੇ ਸੋਚਦੇ ਹਾਂ ساری ਰਾਤ ਸੌ ਨਹੀਂ ਸਕੇ ਜਿਹੜੇ ਲੋਕ ਲక్ష్ਮੀ ਦੇ ਕਿਸੇ ਰੂਪ ਨਾਲ ਵੀ ਉਹਨੂੰ ਮੋਹ ਨਹੀਂ ਸਕੇ ਉਹਨਾਂ ਨੇ 5-400 ਬਦਲੇ ਉਹਦੀ ਪਤਨੀ ਨੂੰ ਮੋਹ ਲੈਣਾ ਸੀ ਤੇ ਅਗਲੇ ਦਿਨ ਹਿੱਕ ਤਾਣ ਕੇ ਕਚਹਿਰੀ 'ਚ ਖੜੋਣਾ ਸੀ ਸਾਥੀ ਜੱਜਾਂ ਨੂੰ ਉਹਦੀ ਇਮਾਨਦਾਰੀ ਤੇ ਨਿਹੋਰੇ ਕੱਸਣ ਲਈ ਇੰਨੀ ਗੱਲ ਹੀ ਕਾਫੀ ਸੀ ਕਾਸ਼ ਉਹਦੀ ਪਤਨੀ ਉਹਦੇ ਕਿੱਤੇ ਦੀਆਂ ਪੇਚੀਦਗੀਆਂ ਨੂੰ ਸਮਝ ਸਕਦੀ ਉਹਨੂੰ ਗਿਲੇ ਕਿ ਉਹ ਦੀਵਾਲੀ ਵਾਲੇ ਦੇ ਨਹੀਂ ਪਿੰਡ ਕਿਉਂ ਜਾਂਦੇ ਹਨ ਪਿਛੋ ਲੁੱਟੀ ਪੁੱਟੀ ਜਾਂਦੀ ਹੈ। ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦੇਣ ਆਏ ਲੋਕ ਜਿੰਦਰੇ ਨੂੰ ਹੀ ਸਲੂਟ ਮਾਰ ਕੇ ਮੁੜ ਜਾਂਦੇ ਨੇ। ਗਵਾਂਡੀ ਜੱਜਾਂ ਦੇ ਗਿਫਟਾਂ ਨਾਲ ਭਰੇ ਕਮਰੇ ਦੇਖ ਕੇ ਉਹਦੇ ਸੱਤੀ ਕੱਪੜੀ ਅੱਗ ਲੱਗਦੀ। ਗਵਾਂਡੀਆਂ ਨਾਲੋਂ ਕਿਹੜੀ ਗੱਲੋਂ ਘੱਟ ਹਨ? ਰਾਮਦੇਵਾਲ ਉਹਨਾਂ ਤੋਂ ਕਈ ਸਟੈਪ ਸੀਨੀਅਰ ਹੈ। ਸ਼ਹਿਰ ਦਾ ਸਾਰਾ ਇਲਾਕਾ ਉਹਦੇ ਅਧੀਨ। ਵੱਡੇ ਵੱਡੇ ਸੇਠ ਉਸ ਨਾਲ ਗੱਲ ਕਰਨ ਨੂੰ ਤਰਸਦੇ ਹਨ। ਫੇਰ ਜੇ ਗਵਾਂਡੀਆਂ ਦੇ ਨੌਕਰਾਂ ਨੂੰ ਮਹੀਨਾ-ਮਹੀਨਾ ਮਠਿਆਈ ਨਹੀਂ ਮੁੱਕਦੀ। ਜੇ ਉਹਨਾਂ ਦੇ ਘਰੋਂ ਮੰਗਤੇ ਵੀ ਰੱਜ-ਰੱਜ ਨਿਕਲਦੇ ਨੇ ਤੇ ਜੇ ਘਟਿਆ ਸ਼ਰਾਬ ਪੀਣ ਵਾਲੇ ਗਰੇਵੋਲ ਦੇ ਘਰ ਕਈ ਕਈ ਮਹੀਨੇ ਮੈਕਡੋਨਲਡ ਤੇ ਪੀਟਰ ਸਕਾਟ ਦੇ ਦੌਰ ਚੱਲਦੇ ਹਨ ਤਾਂ ਉਹਨਾਂ ਦੇ ਤਾਂ ਚੀਜ਼ਾਂ ਰੱਖਣੋਂ ਥਾਂ ਵੀ ਨਹੀਂ ਲੱਭਣੀ ਚਾਹੀਦੀ ਤੇ ਜੋ ਉਹਨੂੰ ਬਥੇਰਾ ਸਮਝਾਇਆ ਉਹਦਾ ਸ਼ਹਿਰ ਦੇ ਸੇਠਾਂ ਕੋਲ ਬਹੁਤਾ ਆਣ ਜਾਣ ਨਹੀਂ ਨਾਉ ਸ਼ਰਮਾ ਨਾ ਗਰੇਵੋਲ ਉਸ ਵਿੱਚ ਕਿਸੇ ਉੱਚੇ ਖਾਨਦਾਨ ਦਾ ਖੂਨ ਵੀ ਨਹੀਂ ਆਪਣੇ ਨਾਂ ਨੂੰ ਤੋੜ ਮਰੋੜ ਕੇ ਭਾਵੇਂ ਉਹਨੇ ਆਰਦਿਆਲ ਬਣਾ ਲਿਆ ਹੈ ਫਿਰ ਵੀ ਲੋਕਾਂ ਦੀਆਂ ਨਜ਼ਰਾਂ ਚ ਉਹ RAMU ਸੰਸੀ ਹੈ RAMU ਜੋ ਸ਼ਰਮਿਆਂ ਤੇ ਗਰੇਵਾਲਾਂ ਦੀ ਨਹੀਂ ਸਗੋਨਾ ਦੇ ਕਮੀਆਂ ਦੀ ਝੂਠੀ ਖਾਂਦਾ ਰਿਹਾ ਹੈ ਸ਼ਰਮੇ ਦੀ ਮਾਂ ਜੋ ਹਲੇ ਵੀ ਲੋਕਾਂ ਦੇ ਘਰੋਂ ਰੋਟੀਆਂ ਲੈ ਕੇ ਆਉਂਦੀ ਹੈ ਤਾਂ ਕੀ ਹੋਇਆ ਗਰੇਵਾਲ ਦੇ ਬਾਪ ਤੋਂ ਜੇ ਹਲੇ ਤੱਕ ਗਹਿਣੇ ਪਈ ਜ਼ਮੀਨ ਨਹੀਂ ਛੁਡਾਈ ਗਈ ਤਾਂ ਕੀ ਫਰਕ ਪੈਂਦਾ ਹੈ ਉਹਨਾਂ ਦੀਆਂ ਨਸਾਂ 'ਚ ਖਾਨਦਾਨੀ ਖੂਨ ਤਾਂ ਦੌੜਦਾ ਹੈ। ਉਹਨਾਂ ਨੂੰ ਪਤਵੰਤੇ ਸੱਜਣਾ ਨਾਲ ਉੱਠਣ-ਬੈਠਣ ਤੇ ਮੇਲ-ਜੋਲ ਬਣਾਉਣ ਦੀ ਸੂਝਤਾ ਹੈ। ਉਹ ਆਪਣੀ ਜਾਤ ਦਾ ਪੱਖਪੂਰਦੇ ਹਨ। ਬਦਲੇ ਵਿੱਚ ਉਹਨਾਂ ਦੀ ਜਾਤ ਵਾਲੀ ਨਜ਼ਰਾਨੀਆਂ ਨਾਲ ਉਹਨਾਂ ਦਾ ਸਵਾਗਤ ਕਰਦੇ ਹਨ। ਉਹ ਸੰਸਿਆ ਦੀ ਔਲਾਦ ਨੰਗਾ ਮਲੰਗਾ ਬਾਰੇ ਸੋਚਣ ਵਾਲਾ ਸੇਠਾ ਤੋਂ ਕੀ ਭਾਲਦਾ ਹੈ? ਕੋਈ ਕੁਝ ਵੀ ਆਖੇ। ਰਾਮਦਿਆਲ ਨੂੰ ਕਦੇ ਕਿਸੇ ਵਿੱਚੋਂ ਜਾਤ ਦੀ ਬੂ ਨਹੀ ਆਉਂਦੀ ਲੋਕਾਂ ਦੇ ਭਾਂਡੇ ਮਾਂਜ-ਬਾਂਜ ਹੱਥਾਂ ਦੀਆਂ ਰੇਖਾਵਾਂ ਮਿਟਾ ਚੁੱਕੀ ਹਰ ਔਰਤ ਉਹਦੀ ਮਾਂ ਹੈ ਤੇ ਟਾਕੀਆਂ ਵਾਲੇ ਹਰ ਕੁੜਤੇ ਵਾਲਾ ਉਹਦਾ ਬਾਪ ਜੇ ਉਹ ਸ਼ਰਮੇ ਜਾਂ ਗਰੇਵਾਲ ਵਾਂਗ ਸੋਚਦਾ ਤਾਂ ਕਦੇ ਵੀ ਬਿਰਜੂ ਪੰਡਤ ਨੂੰ ਬਰੀ ਨਾ ਕਰ ਸਕਦਾ ਉਹਨੂੰ ਪਤਾ ਹੈ ਬਿਰਜੂ ਦੀ ਜ਼ਿੰਦਗੀ ਦੇ ਹੁਸੈਨ ਬਰੇ ਕਾਰਖਾਨਿਆਂ ਦੀਆਂ ਪੱਟੀਆਂ 'ਚ ਸੁਆਹ ਹੋ ਗਏ ਹਨ ਬੁੱਢਾ ਪੇਚ ਭੁੱਖਾ ਮਰਦਾ ਜੇ ਨਜ਼ਾਇਜ਼ ਸ਼ਰਾਬ ਕੱਢ ਕੇ ਢਿੱਡ ਭਰਨ ਲੱਗਿਆ ਤਾਂ ਉਹਦਾ ਕੀ ਕਸੂਰ ਜੋ ਗਰੇਵਾਲ ਵਾਂਗ ਸੋਚਦਾ ਤਾਂ ਉਹਦੀ ਕਲਮ ਕਦੋਂ ਦੀ ਰਾਜਪੂਤ ਮੁਦਾਰ ਮੁਜਾਰਿਆਂ ਨੂੰ ਬੇਦਖਲ ਕਰ ਚੁੱਕੀ ਹੁੰਦੀ ਪਰ ਉਸ ਨੂੰ ਤਾਂ ਚੌਧਰੀਆਂ ਵਰਗੇ ਚਮਾਰਾਂ ਵਿੱਚੋਂ ਵਿਸਵੇਦਾਰਾਂ ਦੀ ਹੀ ਝਲਕ ਪੈਂਦੀ ਸੀ ਫਿਰ ਵੀ ਜੋ ਲੋਕੋ ਨੂੰ ਚੂੜੇ ਚਮਾਰਾਂ ਦਾ ਨੁਮਾਇੰਦਾ ਕਹਿੰਦੇ ਹਨ ਤਾਂ ਉਹਨਾਂ ਦੀ ਮਰਜ਼ੀ ਉਹਨੂੰ ਕਿਸੇ ਦੀ ਪਰਵਾਹ ਨਹੀਂ ਪਰ ਜੇ ਉਹਦੀ ਪਤਨੀ ਵੀ ਇਹੋ ਸੋਚੇ ਤਾਂ ਕੀ ਕਰੇ ਸਾਰੀ ਰਾਤ ਉਸ ਘੜੀ ਨੂੰ ਕੋਸਦਾ ਰਿਹਾ ਜਦੋਂ ਉਹਨੇ ਤੇਜੋ ਅੱਗੇ ਝੁੱਕ ਕੇ ਸਵਰਪਿੰਡ ਨਾ ਜਾਣ ਦਾ ਫੈਸਲਾ ਕੀਤਾ ਸੀ ਉਹ ਹੈਰਾਨ ਸੀ ਸਭ ਕੁਝ ਜਾਣਦੇ ਆਂ ਬੁੱਝਦੇ ਆਂ ਵੀ ਉਹ ਕੌਰਵਾਂ ਦੀ ਚਾਲ ਚ ਕਿਵੇਂ ਆ ਗਿਆ ਤੇਜੋ ਨੂੰ ਉਹਦੀ 15 ਸਾਲਾਂ ਦੀ ਕਮਾਈ ਦਾ ਤੇ ਲਾਉਣ ਲੱਗੀ ਨੂੰ ਕੋਈ ਝਿਜਕ ਨਹੀਂ ਹੋ ਰਹੀ ਸਵੇਰੇ ਨਹਾ ਤੋਂ ਕੇ ਤਿਆਰ ਹੁੰਦੀ ਤੇ ਮਸਤੀ ਚ ਗੁਣਗਣਾਉਂਦੀ ਤੇਜੋ ਉਹਨੂੰ ਜ਼ਹਿਰ ਵਰਗੀ ਲੱਗ ਰਹੀ ਸੀ ਇਸ ਸਮੇਂ ਉਸ ਤੇ ਲక్ష్ਮੀ ਦਾ ਭੂਤ ਸਵਾਰ ਸੀ ਕਿਸੇ ਵੀ ਤਰਕ ਵਾਲੀ ਗੱਲ ਸੁਣਨ ਲਈ ਉਹਦੇ ਕੰਨ ਬੰਦ ਹਨ ਮੰਜੀ ਵਿੱਚ ਤਰਲੋ ਮੱਛੀ ਹੋਰੇ RAM Dyal ਨੂੰ ਬਾਰ-ਬਾਰ ਕਾਜੀ ਬੇਅੰਤ ਰਾਜਾ ਤੇ ਪਿਆਰੇ ਦੀ ਯਾਦ ਆ ਰਹੀ ਸੀ ਕਿੰਨਾ ਚਾਨਣ ਵੰਡਿਆ ਸੀ ਉਹਨਾਂ ਸੰਸੀਆਂ ਦੀ ਕੁਲੀਆਂ ਵਿੱਚ RAM Dyal ਨੂੰ ਉਹ ਕਿਉਂ ਕਿੱਥੇ ਲੈ ਆਏ ਸਾਂ 15-15 ਬਰੇ ਹੋ ਗਏ ਹਨ ਨਕਸਲੀ ਦੋਸਤਾਂ ਨੂੰ ਸ਼ਹੀਦ ਹੋયા ਪਰ ਉਹ ਰਾਮਦਿਆਲ ਦੇ ਜ਼ਹਿਨ ਚੱਜ ਵੀ ਜ਼ਿੰਦਾ ਹਾ ਉਹਨਾਂ ਦੀ ਸੋਚ ਨੇ ਕਦੇ ਉਹਨੂੰ ਡਿੱਗਣ ਨਹੀਂ ਦਿੱਤਾ ਕਾਸ਼ ਉਹ ਤੇਜੋ ਨੂੰ ਇੱਕ ਵਾਰ ਵੀ ਮਿਲੇ ਹੁੰਦੇ ਫਿਰ ਸ਼ਾਇਦ ਤੇਜੋ ਕਦੇ ਵੀ ਇਸ ਤਰ੍ਹਾਂ ਨਾ ਸੋਚ ਸਕਦੀ ਸ਼ਹੀਦ ਸਾਥੀਆਂ ਦੀ ਯਾਦ ਨੇ ਉਹਦੀਆਂ ਅੱਖਾਂ 'ਚ ਨਮੀ ਭਰ ਦਿੱਤੀ ਪਾਣੀ 'ਚ ਤੈਰਦੇ ਕਲਪਨਾ ਦੇ ਘੋੜੇ ਉਹਨੂੰ ਆਪਣੀ ਪਿੱਠ ਤੇ ਬਹਾ ਕੇ ਆਪਣੇ ਵੇੜੇ ਲੈ ਗਏ ਵੇੜਾ ਜਿਹਨੂੰ ਸਾਰੇ ਪਿੰਡ ਵਾਲੇ ਸੰਸੀਆਂ ਦਾ ਵਿੜਾ ਆਖਦੇ ਹਨ ਗੰਦੀ ਟਾਬ ਕਿਨਾਰੇ ਵਸੀਆਂ ਪਚੀਤੀ ਕੁਲੀਆਂ ਦਾ ਕਾਫਲਾ ਉਸ ਕੁਲੀਆਂ ਚ ਵਿਚਰਦੇ RAMU ਦੇ ਕਈ ਅਕਸ ਉਹਦੀਆਂ ਅੱਖਾਂ ਅੱਗੇ ਨੱਚਣ ਲੱਗੇ ਰੋਡਾ-ਪੋਡਾ ਪੈਰੋਂ ਨੰਗਾ ਫਟੀਜੀ ਕੱਛਣੀ ਵਾਲਾ ਨਿਆ ਪੂੰਝ ਦਾ ਮੁਰਗੀਆਂ ਪਿੱਛੇ ਦੌੜਦਾ ਧੂੜਾਂ ਪੁੱਟਦਾ RAMU ਟਾਬ ਚ ਨਹਾਉਂਦਾ ਢੇਡਾਂ ਦੀ ਉਨ ਲਾਉਂਦਾ ਸੂਰਾਂ ਦੀ ਮੂਤਰਾਲ ਹੁੰਝਦਾ RAMU ਕਦੇ ਚੁਮਾਰਾਂ ਵੇੜੇ ਆਈ ਬਰਾਤੀ ਝੂਠ ਬਾਹਾਂ 'ਚ ਲਟਕਾਈ ਡੋਲੂ 'ਚ ਸਾੰਬਦਾ ਬਵਾਨ 'ਚ ਝੁਗੀਆਂ ਖਿਲਾਂ ਦੇ ਫੱਕੇ ਮਾਰਦਾ ਮਾਸਟਰ ਤੋਂ ਚੋਰ ਰਖਵਾਉਂਦਾ ਤੇ ਕੁਸ਼ਤੀਆਂ 'ਚ ਜੋਰ ਦਿਖਾਉਂਦਾ ਰਾਮੂ ਵੱਡੇ ਭਰਾਵਾਂ ਦੇ ਪਿੰਡਿਆਂ ਤੇ ਪੈਂਦੇ ਪੁਲਿਸ ਦੇ ਡੰਡਿਆਂ ਨੂੰ ਆਪਣੇ ਪਿੰਡੇ ਤੇ ਮਹਿਸੂਸਦਾ ਬਾਪੂ ਦੀਆਂ ਸੁੱਜੀਆਂ ਤਲੀਆਂ ਨੂੰ ਸੇਕਦਾ ਤੇ ਭੈਣਾਂ ਦੀਆਂ ਬੇਪਤੀਆਂ ਨੂੰ ਸਹਾਰਦਾ ਰਾਮੂ ਕਦੇ ਨਕਸਲੀਆਂ ਦੀਆਂ ਮੀਟਿੰਗਾਂ ਦੇ ਸੱਦੇ ਦਿੰਦਾ ਉਹਨਾਂ ਦੀਆਂ ਕਿਤਾਬਾਂ ਵੰਡਦਾ ਤੇ ਉਹਨਾਂ ਦੀਆਂ ਤੇਜ਼ ਤਰਾਰ ਗੱਲਾਂ ਸੁਣਦਾ ਰਾਮੂ ਗਿੰਦੇ ਮਿੰਦੇ ਤੇ ਛਿੰਦੇ ਦੀ ਯਾਦ ਵੀ ਉਹਨੂੰ ਟੰਬਣ ਲੱਗੀ ਦੌੜ ਚ ਪਛੜੇ ਉਹਦੇ ਬਚਪਨ ਦੇ ਸਾਥੀ ਗਿੰਦਾ ਪਹਿਲੀ ਚ ਹਟਿਆ ਮਿੰਦਾ ਦੂਜੀ ਚ ਤੇ ਛਿੰਦਾ ਚੌਥੀ ਚ ਹੁਣ ਗਿੰਦਾ ਰੇੜਾ ਵਾਉਂਦਾ ਹੈ ਮਿੰਦਾ ਦਿਹਾੜੀ ਜਾਂਦਾ ਤੇ ਛਿੰਦਾ ਜੇਲ ਦੌੜ ਚ ਕੱਲਾ ਹੀ ਦੌੜਿਆ ਸੀ ਸੇਵਾਦਾਰ ਤੋਂ ਕਲਰਕ ਬਣਿਆ ਤੇ ਕਲਰਕ ਤੋਂ ਜੱਜ ਨੱਕਰੋਕੇ ਘੇਰੋਂ ਨਿਕਲੇ ਉਹਨਾਂ 20 ਬਰੇ ਹੋ ਗਏ ਸਨ ਇਹਨਾਂ 20 ਬਰਿਆਂ ਵਿੱਚੋਂ ਕੁੱਲਿਆਂ ਚ ਰੁੱਲਦੇ ਆਪਣੇ ਸਾਥੀਆਂ ਨੂੰ ਇੱਕ ਦਿਨ ਵੀ ਨਹੀਂ ਭੁੱਲ ਸਕਿਆ ਉਹਦਾ ਵੱਡਾ ਅਫਸਰ ਬਣਨਾ ਵੀ ਉਹਦੇ ਸਾਥੀਆਂ ਨੂੰ ਕਦੇ ਨਹੀਂ ਚੁਭਿਆ ਪਿੰਡ ਦਾ ਉਹਦਾ ਫੇਰਾ ਉਹਨਾਂ ਲਈ ਰਾਮ ਦੀ ਯੁੱਧਿਆ ਵਾਪਸੀ ਵਰਗਾ ਹੁੰਦਾ 10-10 ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਭਰਤ ਮਿਲਾਪ ਲਈ ਆਕੜੀਆਂ ਉਹਦੀਆਂ ਬਾਹਾਂ ਤੇ ਛੱਜੂ ਦੇ ਚੁਬਾਰੇ ਦੇ ਸੁੱਖ ਲਈ ਤੜਪਦਾ ਉਹਦਾ ਮਨ ਵੀ ਬਿਰਹਾ ਦੇ ਇੱਕ ਇੱਕ ਪਲ ਨੂੰ ਹਜ਼ਾਰ-ਹਜ਼ਾਰ ਬਰੇ ਵਾਂਗ ਬਿਤਾਉਂਦਾ ਗੱਡੀਆਂ ਉਤਰਦੇ ਆਈ ਉਹ ਆਪਣੀ ਅਫਸਰੀ ਤਿਆਗ ਦਿੰਦਾ ਜਵਾਕਾਂ ਨੂੰ ਗਿੰਦੇ ਦੇ ਖੱਜਰ ਰੇੜੇ ਤੇ ਬਹਾ ਕੇ ਵੇੜੇ ਵੱਲ ਤੋਰ ਦਿੰਦਾ ਆਪ ਸਿੰਦੇ ਤੇ ਮਿੰਦੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਬਾਜ਼ਾਰ ਵੱਲ ਹੋ ਲੈਂਦਾ ਪਹਿਲਾਂ ਉਹ ਨੱਥੂ ਹਲਵਾਈ ਦੇੋਂ ਖੇਲਾ ਪਤਾਸੇ ਖਰੀਦੇ ਫਿਰ ਲੀਲੇ ਦੇੋਂ ਤੱਤੀਆਂ ਤੱਤੀਆਂ ਜਲੇਬੀਆਂ ਤੇ ਅਖੀਰ 'ਚ RAMU ਤੋਂ ਲੱਡੂ ਹੱਸਦੇ ਖੇੜਦੇ ਬੀਰਬਲ ਦੇ ਪਕੌੜੇ ਖਾਂਦੇ ਉਹ ਦਿਨ ਢਲੇ ਵੇੜੇ ਵੱੜਦੇ ਮਿੱਟੀ ਦੀ ਘਰੁੰਡੀ ਅੱਗੇ ਲਕਸ਼ਮੀ ਦੀ ਪੂਜਾ ਹੁੰਦੀ ਲక్ష్ਮੀ ਜੀ ਨੇ ਸਦੀਆਂ ਤੋਂ ਇਸ ਵੇਲੇ ਦਾ ਰੁਖ ਨਹੀਂ ਕੀਤਾ ਫਿਰਮਿੰਦੇ ਦੀ ਪਹਿਲੀ ਤੋੜ ਦੇ ਪੈਗ ਲੱਗਦੇ ਗਿੰਦੇ ਦੇ ਦੇਸੀ ਮੁਰਗੇ ਦੀ ਤਰੀ ਨਾਲ ਲਿਬੜੀਆਂ ਉਂਗਲਾਂ ਚੱਟ ਦੇ ਬਚਣੇ ਦੇ ਢੋਲ ਤੇ ਭੰਗੜੇ ਪਾਉਂਦੇ ਤੇ ਹੇਕਾਂ ਲਾਉਂਦੇ ਉਹ ਕਮਲੇ ਹੋ ਜਾਂਦੇ ਅੱਧੀ ਰਾਤ ਤੋਂ ਬਾਅਦ ਪਿੰਪਲ ਦੀ ਕਚਹਿਰੀ ਲੱਗਦੀ ਛੱਜੂ ਨੂੰ ਘਰ ਵਾਲੀ ਕੁੱਟਣ ਬਦਲੇ ਉਹ ਜੁਰਮਾਨਾ ਕਰਦਾ ਮਿੱਠੂ ਨੂੰ ਕੁੜੀ ਸਕੂਲੋਂ ਹਟਾਉਣ ਤੇ ਝਾੜਾ ਪਾਉਂਦਾ ਸਾਧੂ ਤੋਖ ਰੈਤੀ ਨੂੰ ਸੱਟਾਂ ਮਾਰਨ ਬਦਲੇ ਮਾਫੀ ਮੰਗਵਾਉਂਦਾ ਸੂਰਾਂ ਦੀਆਂ ਨਵੀਆਂ ਕਿਸਮਾਂ ਬਾਰੇ ਗੱਲਾਂ ਹੁੰਦੀਆਂ ਬੈਂਕ ਵੱਲੋਂ ਮਿਲਣ ਵਾਲੇ ਕਰਜ਼ਿਆਂ ਦੀਆਂ ਨਵੀਆਂ ਸਕੀਮਾਂ ਬਾਰੇ ਦੱਸਦਾ ਤੇ ਨੱਥੂ ਦੇ ਕਾਲਜ ਵਿੱਚੋਂ ਮਿਲਣ ਵਾਲੇ ਵਜੀਫੇ ਦੇ ਫਾਰਮ ਭਰਦਾ ਪਰਦਾ ਉਹ ਦਿਨ ਚੜਾ ਦਿੰਦਾ ਸਾਰੇ ਵੇੜੇ 'ਚ ਨਵੀਆਂ ਆਸਾਂ ਦੇ ਦੀਵੇ ਜਗਾ ਕੇ ਉਹ ਗੱਡੀ ਚੜਾਉਂਦਾ ਕਈ ਕਈ ਦਿਨ ਉਹਨੂੰ ਅਜੀਬ ਜਿਹਾ ਨਸ਼ਾ ਚੜਿਆ ਰਹਿੰਦਾ ਪਰ ਇਸ ਵਾਰ ਇਹ ਨਸ਼ਾ ਤੀਜੋ ਨੇ ਖੋਲਿਆ ਉਹਨੂੰ ਪਤਾ ਸੀ ਉਹਦਾ ਸੁਨੇਹਾ ਮਿਲਦਿਆਂ ਹੀ ਵੇੜੇ 'ਚ ਮਾਤਮ ਛਾ ਗਿਆ ਹੋਣਾ ਬਾਪੂ ਨੇ ਨਿੰਬੂ ਕਸਾਕਸਾ ਹੁੱਕਾ ਨਹੀਂ ਚਮਕਾਇਆ ਹੋਣਾ ਨਾ ਮਿੰਦੇ ਨੇ ਸ਼ਰਾਬ ਕੱਢੀ ਤੇ ਨਾ ਛਿੰਦੇ ਨੇ ਮੁਰਗਾ ਰੰਨੇਆ ਹੋਣਾ ਨਾ ਉਸ ਨੂੰ ਮਾਂ ਦੀ ਤੜਕੇ ਵਾਲੀ ਦਾਲ ਨਸੀਬ ਹੋਣੀ ਹੈ ਤੇ ਨਾ ਹੀ ਫੁੱਲ ਪਲੇਟ ਜਿੱਡੀਆਂ ਮਿਸੀਆਂ ਰੋਟੀਆਂ ਗੰਡੇ ਦੀ ਚਟਨੀ ਮੂੰਗੀ ਦੀ ਦਾਲ ਸਰੋਂ ਦੇ ਸਾਗ ਮੱਕੀ ਦੀ ਰੋਟੀ ਤੇ ਲੱਸੀ ਦੇ ਗਲਾਸ ਲਈ ਹਾਲੀ ਇੱਕ ਸਾਲ ਹੋਰ ਤਸ ਤਰਸ ਨਾ ਪੈਣਾ ਕਈ ਵਾਰ ਜੀਬ ਦਾ ਸੁਆਦ ਪੂਰਾ ਕਰਨ ਲਈ ਡਰਾਈਵਰਾਂ ਦੇ ਢਾਬਿਆਂ ਵੱਲ ਦੌੜਨਾ ਪੈਣਾ ਹੈ ਇੰਨੀਆਂ ਡੋਸਿਆਂ ਤੇ ਹੌਟ ਡੌਗਾਂ ਤੋਂ ਉਹ ੱਕਿਆ ਵਿਆ ਸੀ ਸਭ ਤੋਂ ਵੱਧ ਫਿਕਰ ਉਹਨੂੰ ਸਿਰ ਤੇ ਖੜੇ ਇਲੈਕਸ਼ਨ ਦਾ ਸੀ ਸਾਰੀਆਂ ਪਾਰਟੀਆਂ ਦੀਆਂ ਅੱਖਾਂ ਇਸੇ ਵੇੜੇ ਤੇ ਆ ਕੇ ਟਿਕਦੀਆਂ ਨੇ ਕਿਵੇਂ ਨਾ ਕਿਵੇਂ ਉਹ ਵੇੜੇ ਦੀ ਫੋਟੋ ਨੂੰ ਬਚਾਉਂਦਾ ਆ ਰਿਹਾ ਹੈ ਇਸ ਵਾਰ ਕੋਈ ਆਪਣੀ ਚਾਲ ਨਾ ਚੱਲ ਜਾਏ ਛੋਟੇ ਛੋਟੇ ਝਗੜੇ ਜਿਹੜੇ ਉਹ ਖੁਸ਼ੀ-ਖੁਸ਼ੀ ਨਿਬੇੜ ਆਉਂਦਾ ਸੀ ਕਿਦਰੇ ਲੜਾਈ ਦੇ ਬੀਜ ਨਾ ਬਣ ਜਾਣ ਨੱਥੂ ਦਾ ਵਜੀਫਾ ਨਾ ਰਹਿ ਜਾਏ ਕਿਸੇ ਦੀ ਕਿਸ਼ਤੀ ਨਾ ਟੁੱਟ ਜਾਏ ਸੂਰਜ ਦੀਆਂ ਪਹਿਲੀਆਂ ਕਿਰਨਾਂ ਤਾਕੀ ਤਾਈ ਉਹਦੇ ਮੱਥੇ ਤੇ ਆ ਜੰਮੀਆਂ ਅੱਖਾਂ ਮਲਦਾ ਉੱਠ ਕੇ ਬੈਠ ਗਿਆ ਉਹਨਾਂ ਦੀ ਕਲੋਨੀ ਵਿੱਚ ਚਹਿਲ ਪਹਿਲ ਸ਼ੁਰੂ ਹੋ ਗਈ ਕੋਠੀ ਦੇ ਸ਼ਰਾਬੀ ਲਾਂਚ ਮੇਜ਼ ਦੁਆਲੇ ਸਜੀਆਂ ਕੁਰਸੀਆਂ ਮਹਿਮਾਨਾਂ ਦੀ ਉਡੀਕ ਕਰ ਰਹੀਆਂ ਸਨ ਤੇ ਜੋਸਫ ਤੋਂ ਕੀਮਤੀ ਸੂਟ ਪਾਈ ਗੇਟ ਕੋਲ ਚੈਲ ਕਦਮੀ ਕਰ ਰਹੀ ਸੀ ਕਦੇ-ਕਦੇ ਉਹ ਚੋਹ ਰੱਖ ਨਾਲ ਸ਼ਰਮੇ ਦੀ ਕੋਠੀ ਅੱਗੇ ਇੰਪੋਰਟਡ ਕਾਰ ਵੱਲ ਵੇਖਦੀ ਕਾਰ ਦੀ ਪਿਛਲੀ ਸੀਟ ਉੱਪਰ ਪਏ ਡੱਬਿਆਂ ਵਿੱਚੋਂ ਕਿਸੇ ਇੱਕ ਉੱਪਰ ਆਪਣੀ ਮੋਹਰ ਲੱਗਣ ਦੀ ਕਲਪਨਾ ਕਰਦੀ ਹੋਈਗੀ ਉਹ ਉਹਨੇ ਸੋਚਿਆ ਉਹਨੇ ਕਾਰ ਵੱਲ ਨਜ਼ਰ ਦੁੜਾਈ ਕਾਰ ਦਾ ਵੀਆਈਪੀ ਨੰਬਰ ਉਹਦਾ ਜਾਣਿਆ ਪਛਾਣਿਆ ਸੀ ਇਹ ਸ਼ਹਿਰ ਦੇ ਮਸ਼ਹੂਰ ਹੋਟਲ ਚਾਂਦ ਦੇ ਮਾਲਕ ਨਗਿੰਦਰ ਦੀ ਸੀ ਨਗੇਂਦਰ ਜੀ ਦੀ ਮਹਾਰਾਜੇ ਵਰਗੀ ਸ਼ਾਨ ਮਿੱਟੀ 'ਚ ਰੁਲ ਗਈ ਸੀ ਤੇ ਕਈ ਵਰੇ ਉਹ ਦੀ ਕਚਹਿਰੀ ਅੱਗੇ ਧੱਕੇ ਖਾਂਦਾ ਰਿਹਾ ਸੀ ਸੁੰਦਰਤਾ ਦਾ ਇਹ ਸੌਦਾਗਰ ਤੇਰੇ ਨਿਰੋਇ ਜਿਸਮ ਦੀ ਕਦਰ ਪਾਉਣ ਲਈ ਭਾਵੇਂ ਰਾਹ ਭੁੱਲ ਜਾਏ ਪਰ ਰਾਮਦੇਵਾਲ ਦੀ ਕੋਠੀ ਵੱਲ ਵੀ ਝਾਕ ਜਾਏ ਇੰਨੀ ਉਹ ਦੀ ਹਿੰਮਤ ਨਹੀਂ ਘਾ ਖੋਦ-ਖੋਦ ਕੇ ਬੜੇ ਗੇਲੀ ਵਰਗੇ ਸਰੀਰ ਦੀ ਮਾਲਕ ਤੇਜੋ ਤੇ ਮੋਤ ਹੋਏ ਰਾਮਦੇਵਾਲ ਦਾ ਵਿਅੰਗ ਕਰਨ ਨੂੰ ਦਿਲ ਕੀਤਾ ਪਰ ਦੰਦ ਕ੍ਰੀਚਣ ਤੋਂ ਬਿਨਾ ਕੁਝ ਨਾ ਕਰ ਸਕਿਆ 호텔 ਦੀ ਮਸ਼ਹੂਰੀ ਦਾ ਰਾਜ਼ ਕਿਸ ਤੋਂ ਲੁਕਿਆ ਸੀ ਚੰਦ ਦੀ ਚਾਨਣੀ ਵਿੱਚ ਉੱਥੇ ਹੁਸਨ ਦਾ ਬਾਜ਼ਾਰ ਲੱਗਦਾ ਸੀ ਹੁਸਨ ਦਾ ਮੁੱਲ ਪਾਉਣ ਵਾਲੇ ਕੋਈ ਐਰੇ ਗੈਰੇ ਜਾਂ ਨੱਥੂ ਖੈਰੇ ਨਹੀਂ ਸਨ 호텔 ਦੀਆਂ ਮੋਰਨੀਆਂ ਦੀ ਝਲਕ ਉਹਨਾਂ ਨੂੰ ਹੀ ਨਸੀਬ ਹੁੰਦੀ ਸੀ ਜਿਹੜੇ ਨੋਟਾਂ ਦੀ ਬਾਰਿਸ਼ ਕਰ ਸਕਦੇ ਸਨ ਇਹ ਸਹੂਲਤ ਸ਼ਹਿਰ ਦੇ ਗਿਣਵੇਂ ਸਨਤਕਾਰਾਂ ਤੇ ਕੁਝ ਕੁ ਮੰਚਲੇ ਸਿਆਸਤਦਾਨਾਂ ਨੂੰ ਹੀ ਹਾਸਲ ਸੀ ਨਵੇਂ ਪੁਲਿਸ ਕਪਤਾਨ ਨੇ ਇੱਕ ਵਾਰ ਉਹਦੇ ਨਖਰੇ ਤੋਂ ਨਰਾਜ਼ ਹੋ ਕੇ ਚੰਦ ਨੂੰ ਧਰਤੀ ਤੇ ਧੂ ਲਿਆਂਦਾ ਉਸ ਦੱਲੇ ਦੀ ਕੀ ਮਜ਼ਾਲ ਉਹਦੇ ਪਸੰਦ ਦੀ ਕੁੜੀ ਉਹਦੀ ਕੋਠੀ ਨਾ ਕੱਲੇ ਹਰਖੇ ਕਪਤਾਨਿਆਂ ਤੇ ਨੰਗੀਆਂ ਕੁੜੀਆਂ ਦਾ ਸਾਰੇ ਸ਼ਹਿਰ ਚ ਜਲੂਸ ਕੱਢਿਆ ਜੇ ਕਿਧਰੇ ਨਗਿੰਦਰ ਵਜ਼ੀਰ ਦੀ ਕੋਠੀ ਨਾ ਜਾ ਜਾ ਛੁੱਪਦਾ ਉਹਦਾ ਵੀ ਵਿੱਚੇ ਜਲੂਸ ਨਿਕਲਣਾ ਸੀ ਨਗਿੰਦਰ ਇੱਧਰ ਉੱਧਰ ਹੋਣ ਕਰਕੇ ਕਪਤਾਨ ਦੇ ਗੁੱਸੇ ਤੋਂ ਤਾਂ ਬਚ ਗਿਆ ਪਰ ਰਾਮਦੇਵਾਲ ਦੀ ਕਲਮ ਨੂੰ ਤਲਵਾਰ ਵਾਂਗ ਚੱਲਣੋਂ ਨਾ ਰੋਕ ਸਕਿਆ ਕੁਆਰੀਆਂ ਕੁੜੀਆਂ ਦੇ ਸ਼ੌਕੀਨ ਸ਼ਰਮੇ ਨੇ ਕਈ ਵਾਰ ਉਸ ਅਗੇ ਲੇਲੜੀਆਂ ਕੱਢੀਆਂ ਆਨੇ ਬਹਾਨੇ ਸੋਹਣੀਆਂ ਕੁੜੀਆਂ ਦੇ ਦਰਸ਼ਨ ਕਰਾਏ ਉਹਨੂੰ ਆਪਣੇ ਵੇੜੇ ਦੀਆਂ ਜੀਤੋ ਤੇ ਸੀਤੋ ਦੇ ਬਦਲਵੇਂ ਰੂਪਾਂ ਵਿੱਚ ਕਦੇ ਵੀ ਸੁਹੱਪਣ ਨਜ਼ਰ ਨਾ ਆਇਆ ਕੋਈ ਜੀਤੋ ਸੀ ਜੋ ਤਿੰਨ ਜਵਾਕਾਂ ਦਾ ਪੇਟ ਭਰਨ ਲਈ ਐਫਸੀਆਈ ਦੇ ਮੁਲਾਜ਼ਮਾਂ ਤੋਂ ਕਣਕ ਬਦਲੇ ਇੱਜ਼ਤ ਲੋਹਾਂਦੀ ਸੀ ਕੋਈ ਸੀਤੋ ਸੀ ਜੋ ਟੀਵੀ ਦੇ ਸਾਹਦੇ ਕੇਰੂ ਨੂੰ ਮੌਤ ਦੇ ਮੁਹੰਕੜੀ ਸੰਦੇ ਯਤਨ ਕਰਦੀ ਆੜਤੀ ਇਹਦੀ ਹਵਸ ਦਾ ਸ਼ਿਕਾਰ ਹੁੰਦੀ ਮਜਬੂਰੀ ਵਿੱਚ ਸਰੀਰ ਵੇਚਦੀਆਂ ਕੁੜੀਆਂ ਗੁਨਾਹਗਾਰ ਉਹਨਾਂ ਦੀਆਂ ਮਜਬੂਰੀਆਂ ਨਾਲ ਖੇਲਵਾੜ ਕਰਕੇ ਉਹਨਾਂ ਤੋਂ 100 100 ਗੁਣਾ ਵੱਧ ਕਮਾਉਂਦਾ ਬੇਕਸੂਰ ਇਹ ਉਹਦੀ ਜ਼ਮੀਰ ਨੇ ਕਦੀ ਵੀ ਨਾ ਮੰਨਿਆ ਸੈਂਕੜੇ ਸਿਫਾਰਸ਼ਾਂ ਨੂੰ ਲਤਾੜਦਿਆਂ ਉਹਨੇ ਨਿਗੰਦਰ ਨੂੰ ਮੁਜਰਬਾਂ ਦੇ ਕਟਹਿਰੇ 'ਚ ਖੜਾ ਕੇ ਹੀ ਦਮ ਲਿਆ ਸੀ ਫਿਰ ਕਿਸ ਖੁਸ਼ੀ ਚ ਉਤੇਜੋਦੀ ਕੋਠੀ ਆਏਗਾ ਬਿਨਾ ਉਹਨਾਂ ਦੀ ਕੋਠੀ ਦੀ ਬੈਲ ਖੜਕਾਏ ਵਾਪਸ ਮੁੜਦੀ ਕਾਰਨੇ ਉਹਦੇ ਕੰਨਾਂ 'ਚ ਸ਼ਹਿਦ ਜਿਹਾ ਘੋਲਿਆ ਜੇਤੂ ਯੋਧੇ ਵਾਂਗ ਗਰਦਨ ਅਕੜਾ ਕੇ ਉਹਨੇ ਅੰਗੜਾਈ ਲਈ ਮੰਜਾ ਛੱਡਿਆ ਤੇ ਗੁਆਚਿਆ ਹੌਸਲਾ ਬਟੋਰ ਕੇ ਤਿਆਰ ਹੋਣ ਲੱਗਿਆ ਬਣ ਸਮਰ ਕੇ ਉਹ ਕੋਸੀ ਕੋਸੀ ਧੁੱਪ ਦਾ ਨਜ਼ਾਰਾ ਲੈਣ ਲਈ ਛੱਤ ਤੇ ਜਾ ਬੈਠਾ ਤੇ ਜੋ ਹਾਲੇ ਵੀ ਗੇਟ ਤੇ ਖੜੀ ਸੀ ਗੈਸੀ ਚੁੱਲੇ ਤੇ ਉਬਲਦਾ ਪਾਣੀ ਚੀਨੀ ਦੀ ਛੋਲੀ ਤਰਸਦਾ ਤਰਸਦਾਦਾ ਰਹਿ ਗਿਆ ਸੀ ਪਰ ਹਾਲੇ ਤੱਕ ਇੱਕ ਵੀ ਮਹਿਮਾਨ ਨੇ ਤੇਜੋ ਨੂੰ ਸਲਾਮ ਨਹੀਂ ਸੀ ਬੁਲਾਇਆ ਫਲਾਂ ਦੀਆਂ ਵੱਡੀਆਂ-ਵੱਡੀਆਂ ਟੋਕਰੀਆਂ ਦੇ ਭਾਰ ਹੇਠ ਦੱਬੇ ਦੋ ਕਾਲੇ-ਕਾਲੇ ਸੇਠਾਂ ਨੂੰ ਆਪਣੀ ਕੋਠੀ ਵੱਲ ਵਧਦੇ ਦੇਖ ਕੇ ਰਾਮਦੇਵਾਲ ਦਾ ਮੱਥਾ ਠਣ ਗਿਆ ਮੋٹے-ਮੋٹے ਢਿੱਡ ਤੇ ਉਹ ਵੀ ਰਾਮਦੇਵਾਲ ਦੀ ਕੋਠੀ ਵੱਲ ਹੈਰਾਨ ਹੋਇਆ ਉਹ ਹਨੇਰੇ ਕੋਲ ਆ ਖੜੋਤਾ ਤੇ ਸੂਰਾਂ ਵਰਗੀਆਂ ਗਰਦਨਾ ਗਰਦਨਾ ਨੂੰ ਪਛਾਣਨ ਦਾ ਯਤਨ ਕਰਨ ਲੱਗਿਆ ਜੇ ਉਪਲੇਖਾ ਨਹੀਂ ਖਾਰਿਆ ਤਾਂ ਇਹ ਸ਼ਹਿਰ ਦੇ ਮਸ਼ਹੂਰ ਠੇਕੇਦਾਰ ਲੇਖ ਤੇ ਮੋਤੀ ਸਨ ਇਹਨਾਂ ਦਾ ਬਾਫ ਹਲਵਾਈ ਦੀ ਦੁਕਾਨ ਤੇ ਭਾਂਡੇ ਮਾਂਜਦਾ ਮਾਂਜਦਾ ਦਮ ਤੋੜ ਗਿਆ ਸੀ ਨਕਲੀ ਸ਼ਰਾਬ ਬਣਾਉਂਦਾ ਇਹਨਾਂ ਨੂੰ ਕਿਸੇ ਨੇ ਅਜਿਹਾ ਗੁਣ ਦਿੱਤਾ ਕਿ ਖਾਲੀ ਬੋਤਲਾਂ ਖਰੀਦੇ ਖਰੀਦੇ ਸ਼ਰਾਬ ਦੇ ਠੇਕੇ ਖਰੀਦਣ ਲੱਗੇ ਹਰਾਮ ਦੇ ਪੈਸੇ ਨੂੰ ਪਾਣੀ ਵਾਂਗ ਵਹਾ ਕੇ ਇਹਨਾਂ ਵਾਵਾ ਨਾਂ ਖਟਿਆ ਧਾਰਮਿਕ ਸਥਾਨਾਂ ਤੋਂ ਲੈ ਕੇ ਸਰਕਾਰੀ ਦਰਬਾਰੇ ਸਭ ਥਾਈਂ ਉਹਨਾਂ ਦੀ ਪੁੱਛ ਹੋ ਗਈ ਸੀ ਪਰ ਜਦੋਂ ਧਾਗਾ ਮਿਲਦੇ ਦੋ ਮਜ਼ਦੂਰਾਂ ਦੀਆਂ ਜਾਨਾਂ ਇਹਨਾਂ ਦੀ ਨਕਲੀ ਸ਼ਰਾਬ ਦੀ ਭੇਟ ਚੜੀਆਂ ਤਾਂ ਟ੍ਰੇਡ ਯੂਨੀਅਨ ਵਾਲਿਆਂ ਨੇ ਇਹਨਾਂ ਦੀਆਂ ਭੂਤਨੀਆਂ ਭੁਲਾ ਦਿੱਤੀਆਂ ਨਿੱਤ ਦੀ ਨਾਰੇਬਾਜ਼ੀ ਤੋਂ ਤੰਗ ਆ ਕੇ ਮੁਫਤ ਦੀ ਸ਼ਰਾਬ ਪੀਣੀ ਪੁਲਿਸ ਨੂੰ ਵੀ ਗੋਡੇ ਟੇਕਣੇ ਪਏ ਭਾਵੇਂ ਟ੍ਰੇਡ ਯੂਨੀਅਨ ਨੇਤਾ ਠੇਕੇਦਾਰਾਂ ਦੀ ਹੱਤਕੜੀਆਂ ਲੁਵਾਤੀਆਂ ਪਰ ਉਹਦਾ ਮਨ ਕਲਪਦਾ ਰਿਆ ਭੋਲੇ ਭਾਲੇ ਮਜ਼ਦੂਰਾਂ ਨੂੰ ਕਿਵੇਂ ਸਮਝਾਏ ਪੂਰਾ ਜ਼ੋਰ ਲਾ ਕੇ ਵੀ ਉਹ ਠੇਕੇਦਾਰਾਂ ਨੂੰ 2 ਸਾਲ ਤੋਂ ਵੱਧ ਸਜ਼ਾ ਨਹੀਂ ਕਰ ਸਕਦਾ ਪੁਲਿਸ ਨੇ ਮਾਮੂਲੀ ਜਿਹਾ ਕੇਸ ਬਣਾ ਕੇ ਉਹਦੇ ਹੱਥ ਬੰਨ੍ਹ ਦਿੱਤੇ ਸਨ ਜਿੰਨਾ ਚਿਰ ਕੇਸ ਚੱਲਦਾ ਰਿਹਾ ਉਹਦਾ ਮਹਿਬੂਬ ਦੋਸਤ ਕਾਚੀ ਉਹਦਾ ਪਿੱਛਾ ਕਰਦਾ ਰਿਹਾ 15 ਵਰੇ ਪਹਿਲਾਂ ਚੂੜਿਆਂ ਦੇ ਵਿੜੇ ਹੋਏ ਇਹੋ ਜੇ ਕਾਂਡ ਦੀ ਯਾਦ ਦਿਵਾਉਂਦਾ ਰਿਹਾ ਕਈ ਵਾਰ ਫੁੱਲ ਕੇ ਕੁੱਪਾ ਹੋਈ ਚੂੜੇ ਦੀ লাশ ਉਹਦੇ ਅੱਗੇ ਲਿਆ ਕੇ ਰੱਖੀ ਅੰਨਾ ਹੋ ਕੇ ਟਾਬ ਚ ਡੁੱਬਦੇ ਖੜੇ ਤੀ ਦੀਆਂ ਬਚਾਓ ਬਚਾਓ ਦੀਆਂ ਆਵਾਜ਼ਾਂ ਮੋੜ ਫਿਜ਼ਾ ਚ ਗੂੰਜਣ ਲੱਗੀਆਂ ਦਨਾ ਚੀ ਚੂੜੇ ਦਾ 12 ਸਾਲਾਂ ਦਾ ਮੁੰਡਾ ਸਕੂਲ ਛੱਡ ਕੇ ਹਫੀਮ ਢੋਣ ਲੱਗਿਆ ਸੀ ਭੁੱਖੀ ਮਰਦੀ ਖਰੈਤੀ ਦੀ ਵਿਧਵਾ ਪਾਲੂ ਨਾਲ ਨਿਕਲ ਗਈ ਖਰੈਤੀ ਦੇ ਰੋਂਦੇ ਕਰਲਾਉਂਦੇ ਬੱਚੇ ਮੰਗਤੀਆਂ ਦੀ ਕਤਾਰ ਚ ਮੰਗਤੀਆਂ ਦੀ ਕਤਾਰ ਚ ਖਲੌਣ ਲੱਗੇ ਅੰਡਰਗਰਾਊਂਡ ਹੁੰਦਿਆਂ ਹੋਇਆਂ ਵੀ ਵੇੜੇ ਨੂੰ ਅਜੇ ਆ ਲੰਬਤ ਕੀਤਾ ਕਿ ਠੇਕੇਦਾਰ ਅੱਜ ਤੱਕ ਜੇਲ੍ਹ ਚ ਸੜ ਰਹੇ ਸਨ ਹੁਣ ਹੋਰ ਕਾਚੀ ਕਿੱਥੋਂ ਲਿਆਵੇ ਇੱਕ ਦਿਨ ਉਹਨੂੰ ਲੱਗਿਆ ਕਾਚੀ ਉਸੰਦਰ ਹੀ ਬੈਠਾ ਸੀ ਉਸਨੇ ਉਹ ਸ਼ੇਰ ਵਾਂਗ ਦਹਾੜਿਆ ਠੇਕੇਦਾਰਾਂ ਦੇ ਖਰੀਦੇ ਗਵਾ ਗਿੱਦੜਾਂ ਵਾਂਗ ਮੈਦਾਨ ਛੱਡ ਗਏ ਕਤਲ ਦਾ ਕੇਸ ਬਣਾ ਕੇ ਫਿਰ ਮਿਸਾਲ ਸੈਸ਼ਨਸ ਫੁਰਦ ਕਰਨ ਚ ਉਹਨੂੰ ਕੋਈ ਦਿੱਕਤ ਨਹੀਂ ਸੀ ਹੋਈ ਕਬਰਾਏ ਉਹ ਹੁਣ ਗਰੇਵਾਲ ਦੀ ਝੋਲੀ 'ਚ ਆ ਡਿੱਗੇ ਸਨ ਗਰੇਵਾਲ ਦਾ ਸੈਸ਼ਨ ਦੇ ਔਨ ਜਾਣ ਸੀ ਇਹੋ ਜਿਹਾ ਕਮਜ਼ੋਰ ਕੇਸ ਦੀ ਪਹਿਲੀ ਪੇਸ਼ੀ ਬਰੀ ਕਰਾ ਲੈਣਾ ਉਹਦੇ ਖੱਬੇ ਹੱਥ ਦੀ ਖੇਡ ਸੀ ਬਦਲੇ 'ਚ ਸੇਟ ਠੇਕੇਦਾਰਾਂ ਵਾਲਾ ਦਿਲ ਦਿਖਾਰੇ ਸਨ ਗਰੇਵਾਲ ਚਾਹੇ ਡਰਮਾਂ ਦੇ ਡਰਮ ਬਿਸਕੀ ਪੀਵੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ RAM Dyal ਨੂੰ ਛੱਤ ਤੇ ਖੜਾ ਦੇਖ ਕੇ ਉਹਨਾਂ ਨੇ ਅੱਖਾਂ ਜ਼ਮੀਨ 'ਚ ਗੱਡ ਲਈਆਂ ਤੇਜ਼ ਤੇਜ਼ ਕੰਮ ਕਦਮ ਪੁੱਟਦੇ ਉਹ ਗਰੇਵਾਲ ਦੀ ਕੋਠੀ ਅੱਗੇ ਜਾ ਰੁਕੇ ਗਰੇਵਾਲ ਦੀ ਪਤਨੀ ਨੇ ਖਿੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ ਗੇਟ ਦੇ ਡਰਾਇੰਗ ਰੂਮ ਤੱਕ ਉਹਨਾਂ ਦੀ ਅਗਵਾਈ ਕਰਦੀ ਕਰਦੀ ਕਈ ਵਾਰੂ ਕੋੜੀਆਂ ਕੋੜੀਆਂ ਅੱਖਾਂ ਨਾਲ ਤੇਜੋਵਲ ਚੱਕ ਕੇ ਰਾਮਦਿਆਲ ਨੇ ਹੀਠਾਂ ਖੜੀ ਤੇ ਜੁਦੀਆਂ ਉਦਾਸ ਅੱਖਾਂ 'ਚ ਤੱਕਿਆ ਉਹਨੂੰ ਗੰਭੀਰ ਦੇਖ ਕੇ ਇੱਕ ਵਾਰ ਫੇਰ ਉਦਾਸੀ ਦੇ ਬਦਲਾਂ ਨੇ ਉਹਨੂੰ ਆ ਘੇਰਿਆ ਉਹਨੂੰ ਲੱਗਿਆ ਸ਼ਾਇਦ ਉਹ ਆਪਣੀ ਜ਼ਮੀਰ ਤੇ ਆਪਣੇ ਕਿੱਤੇ ਨਾਲ ਇਨਸਾਫ ਕਰਕੇ ਆਪਣੇ ਪਰਿਵਾਰ ਨਾਲ ਬੇਇਨਸਾਫੀ ਕਰ ਰਿਹਾ ਹੈ ਉਸ ਤੋਂ 7-7 ਸਾਲ ਜੂਨੀਅਰ ਜੱਜ ਕਿੰਨਾ ਅੱਗੇ ਲੰਘ ਗਏ ਭੁੱਖੇ ਮਰਦੇ ਸ਼ਰਮੀ ਨੇ ਰਾਜਧਾਨੀ 'ਚ ਕੋਠੀ ਪਾ ਲਈ ਗਰੇਵਾਲ ਨੇ 5 ਲੱਖ ਲਾ ਕੇ ਕੁੜੀ ਦਾ ਵਿਆਹ ਕੈਨੇਡਾ 'ਚ ਕੀਤਾ ਰਾਮਦਿਆਲ ਇੰਜ ਨਹੀਂ ਕਰ ਸਕਿਆ ਹੋਰਾਂ ਦੀ ਔਲਾਦ ਖਾਉਣ ਵਾਲਾ ਰਾਮੂ ਚੰਦ ਰੁਪਏਾਂ ਬਦਲੇ ਵੱਡੇ ਚੋਰਾ ਨੂੰ ਸਾਥ ਕਿਵੇਂ ਬਣਾ ਦੇਵੇ ਸੱਚ ਦੀ ਲੜਾਈ ਲੜਦਾ ਜਿਉ ਆਪਣੇ ਬੱਚਿਆਂ ਦੀ ਕੁਝ ਨਹੀਂ ਕਰ ਸਕਿਆ ਤਾਂ ਉਹਦਾ ਕੀ ਕਸੂਰ ਤੇਜੋ ਤੋਂ ਹੋਰ ਬਰਦਾਸ਼ਤ ਨਾ ਹੋਇਆ ਗੇਟ 'ਤੇ ਖੜਾ ਛਾੜੋ ਡਰਾਈੰਗ ਰੂਮ ਵੱਲ ਚਲੀ ਗਈ ਹਾਰ ਮਹਿਸੂਸ ਕਰਦਾ ਰਾਮਦਿਆਲ ਛੱਡ ਤੇ ਟੱਲਣ ਲੱਗਿਆ ਤੇਜੋ ਦੀਆਂ ਉਦਾਸ ਅੱਖਾਂ ਨੇ ਉਹਦੇ ਅੱਗੇ ਪ੍ਰਸ਼ਨਾਂ ਦੀ ਢੇਰ ਲਾ ਦਿੱਤੀ ਆਖਰੀ ਇਮਾਨਦਾਰੀ ਬਦਲੇ ਉਹਨੂੰ ਕੀ ਮਿਲਿਆ ਗਰੀਬੀ ਬਦਨਾਮੀ ਤੇ ਸਭ ਤੋਂ ਵੱਧ ਅਫਸਰਾਂ ਦੀ ਨਰਾਜ਼ਗੀ ਬਾਜ਼ਾਰ ਗਏ ਉਹਨੂੰ ਕਿਸੇ ਦੁਕਾਨਦਾਰ ਨੇ ਨਮਸਤੇ ਨਹੀਂ ਬੁਲਾਈ ਚੌਂਕ 'ਚ ਖੜੇ ਸਪਾਈ ਨੇ ਉਹਨੂੰ ਸਲੂਟ ਨਹੀਂ ਮਾਰਿਆ ਘਰ 'ਚ ਪਤਨੀ ਤੇ ਬੱਚੇ ਉਦਾਸ ਸ਼ਾਇਦ ਮਾਂ-ਬਾਪ ਵੀ ਕਿਸੇ ਨੁੱਕਰ 'ਚ ਨਰਾਜ਼ਗੀ ਸੰਭਾਲੀ ਬੈਠੇ ਹੋਣ ਉਹਨਾਂ ਨੂੰ ਉਹਦੀ ਜੱਜੀ ਦਾ ਕੀ ਪਾ ਨਾ ਉਹਨਾਂ ਦੀਆਂ ਕੁਲੀਆਂ ਛੁੱਟੀਆਂ ਨਾ ਦਿਹਾੜੀ ਦੱਪਾ ਮਾਂ ਦਾ ਦਿਲ ਵੀ ਕਰਦਾ ਹੂ ਪੁੱਤ ਦੀ ਕੋਠੀ ਦੇ ਪੱਖੇ ਹੇਟਾਂ ਘੁਰਾੜੇ ਮਾਰੇ ਬਾਪੂ ਚਾਹੁੰਦਾ ਹੋ ਗੋਲਿਸ਼ਕ ਦਾ ਹੁੱਕਾ ਲੈ ਕੇ ਘਾਵਲੇ ਮੈਦਾਨ ਚ ਕੁਰਸੀ ਢਾਕੇ ਬੈਠੇ ਚਾਹੁੰਦਾ ਉਹੀ ਐ ਪਰ ਕੀ ਕਰੇ ਤਨਖਾਹ ਵਾਲੇ 2000 ਤਾਂ ਪਹਿਲੀ ਤਰੀਕੇ ਮੁੱਕ ਜਾਂਦੇ ਹਨ ਉਤੋਂ ਕਮਾ ਨਹੀਂ ਸਕਦਾ ਉਸ ਅੰਦਰਲਾ ਰਾਮੂ ਮਰੀ ਨਹੀਂ ਰਿਹਾ ਸ਼ਾਇਦ ਉਹ ਮਰਨਾ ਵੀ ਨਹੀਂ ਚਾਹੁੰਦਾ ਉਹ ਪੈਸੇ ਲਵੇ ਵੀ ਤਾਂ ਕਿੱਥੋਂ ਕਿਸੇ ਦਾ ਹੱਕ ਮਾਰ ਕੇ ਉਹ ਪੈਸੇ ਨਹੀਂ ਲੈ ਸਕਦਾ ਜਿਹਦਾ ਉਂਝ ਹੀ ਹੱਕ ਬਣਦਾ ਉਹ ਤੋਂ ਪੈਸੇ ਕਾਹਦੇ ਲਵੇ ਉਨਜ ਨੂੰ ਪਤਾ ਸੀ ਕਿ ਉਹਦੀ ਜ਼ਿੱਦ ਹੀ ਸੀ ਉਹਦਾ ਕੋਈ ਵੀ ਫੈਸਲਾ ਉੱਚੀਆਂ ਅਦਾਲਤਾਂ 'ਚ ਟਿਕ ਨਹੀਂ ਸੀ ਰਿਹਾ ਨਗਿੰਦਰ ਬਰੀ ਹੋ ਗਿਆ ਗਰੀਬ ਕੁੜੀਆਂ ਜੇਲ੍ਹ ਕੱਟਦੀਆਂ ਨੇ ਸ਼ਰਾਬ ਦੇ ਠੇਕੇਦਾਰਾਂ ਨੇ 2000 ਦੇ ਕੇ ਮਰਨ ਵਾਲਿਆਂ ਦੇ ਵਾਰਸ ਖਰੀਦ ਲਏ ਕਿਸੇ ਵੀ ਦਿਨ ਬਰੀ ਹੋਣ ਦੇ ਹੁਕਮ ਉਹਦੀ ਟੇਬਲ ਤੇ ਆ ਟਿਕਣੇ ਨਹੀਂ ਜਦੋਂ ਕਦੇ ਉਹਦਾ ਇਹੋ ਜਿਹਾ ਫੈਸਲਾ ਰੱਦ ਹੁੰਦਾ ਉਹ ਕਈ ਕਈ ਦਿਨ ਬੇਚੈਨ ਰਹਿੰਦਾ ਲੱਗਦਾ ਉਹ ਪੈਸਿਆਂ ਦੀ ਚਕਾਚੌਂਦ ਨਾਲ ਸਿਰ ਜੇ ਚੱਕਰ ਵਿੱਚ ਫਸ ਗਿਆ। ਜਦੋਂ ਵੀ ਕਦੇ ਉਹਨੇ ਇਹਨੂੰ ਤੋੜਨਾ ਚਾਹਿਆ ਉਸ ਤੋਂ ਉੱਪਰ ਬੈਠੇ ਨੀਤੀਵਾਣਾ ਨੇ ਉਹਨੂੰ ਤਰਕਾਰ ਦਿੱਤਾ। ਅਨਾੜੀ ਅਭਿਮੰਨੀ ਉਹ ਮਹਾਰਥੀਆਂ ਦੇ ਸਿਰ ਜੇ ਚੱਕਰ ਵਿੱਚ ਕੁਰਬਾਨੀ ਤਾਂ ਦੇ ਸਕਦਾ ਹੈ ਪਰ ਇਹਨੂੰ ਤੋੜ ਨਹੀਂ ਸਕਦਾ। ਸੂਰਜ ਆਪਣੀ ਆਖਰੀ ਕਿਰਨਾਂ ਸਮੇਟਣ ਲੱਗ ਪਿਆ ਸੀ। ਸੜਕ ਦੀ ਚੱਲ ਪੈਲ ਘਰੋ ਘਰੀ ਜਾਟਿ ਗਈ ਸੀ। ਰਮਾਂ ਦੀ ਗੱਠੜੀ ਨੂੰ ਸੰਭਾਲਦਾ ਰਾਮਦੇਵਾਲ ਵੀ ਹੇਠਾ ਉਤਰ ਆਇਆ। ਤੇ ਜਿਹਦਾ ਮੂੰਹ ਸੁੱਜਿਆ ਹੋਇਆ ਸੀ ਸਾਰਾ ਦਿਨ ਗੇਟ ਤੇ ਟੰਗਾ ਤੋੜਾ ਕੇ ਉਹ ਵੀ ਖਾਲੀ ਦੀ ਖਾਲੀ ਸੀ ਪੰਜ ਛੇ ਮਠਿਆਈ ਦੇ ਡੱਬੇ ਆਏ ਸਾਨੂੰ ਵੀ ਆਣ ਗਵਾਂ ਚੋ ਇੰਨੇ ਕਿ ਤਾ ਉਹਨਾਂ ਨੂੰ ਵੀ ਵੰਡਣੇ ਪੈਣੇ ਸਨ ਲਾਲ ਸੂਈਆਂ ਅੱਖਾਂ ਕੱਢੀ ਕਦੇ ਉਹ ਸੱਜਿਓ ਲੰਘਦੀ ਕਦੇ ਖਾਭਿਓ ਬੋਲ ਭਾਵੇਂ ਕੁਝ ਨਹੀਂ ਸੀ ਰਈ ਪਰ ਉਹਦੇ ਦਿਲ ਦੀਆਂ ਗੱਲਾਂ ਉਸ ਤੋਂ ਭੁੱਲੀਆਂ ਨਹੀਂ ਸਨ ਉਸੇ ਨੂੰ ਕੋਸ ਰਹੀ ਸੀ ਤੇ ਉਹਦੀ ਇਮਾਨਦਾਰੀ ਨੂੰ ਗਾਣਾ ਕੱਢ ਰਹੀ ਸੀ ਉਹ ਵੀ ਖਰੀਆਂ ਖਰੀਆਂ ਸੁਣਾਉਣਾ ਚਾਹੁੰਦਾ ਸੀ ਪਰ ਉਦਾਸ ਹੋ ਚੁੱਕੇ ਮਾਹੌਲ ਨੂੰ ਹੋਰ ਵਿਗਾੜਨਾ ਵੀ ਨਹੀਂ ਸੀ ਚਾਹੁੰਦਾ ਚੁੱਪ ਕਰਿਆ ਉਸ ਸੁਖਾਵੇਂ ਹਾਲਾਤਾਂ ਦੀ ਉਡੀਕ ਕਰਨ ਲੱਗਿਆ ਇਸ ਸਵਾਰੀ ਦੀ ਦੀਵਾਲੀ ਰੁੱਖੀ ਰੁੱਖੀ ਲੱਗਦੀ ਹੈ ਉਸ ਕੋਲ ਬੈਠਦੀ ਤੇਜੋ ਨੇ ਗੱਲ ਤੋਰੀ ਉਹਨੇ ਜਾਂ ਤਾਂ ਕਲਪਨਾ ਦੇ ਸਮੁੰਦਰ ਚ ਗੋਤੇ ਖਾਂਦੇ ਰਾਮਦੇਵਾਲ ਦੇ ਚਿਹਰੇ ਤੇ ਉੜਦੀਆਂ ਹਵਾਈਆਂ ਨੂੰ ਪੜ ਲਿਆ ਸੀ ਜਾਂ ਉਹ ਕੋਠੇ ਦੀ ਭਿਆਨਕ ਚੁੱਪ ਤੋਂ ਘਬਰਾ ਗਈ ਸੀ ਤੇ ਜਾਂ ਫਿਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ हां ईश्वर ਨਾ ਬੱਪੂ ਦਾ ਅਸ਼ੀਰਵਾਦ ਨਾ ਬੇਬੇ ਦੀਆਂ ਅਸੀਸਾਂ ਨਾ ਖੇਲਾ ਨਾ ਪਤਾਸੇ ਨਾ ਰੂੜੀ ਮਾਰ ਕਾ ਸ਼ਰਾਬ ਤੇ ਨਾ ਹੀ ਜੀਬ ਸਾੜਦੀ ਮੁਰਗੇ ਦੀ ਧਰੀ ਖੇਲਾ ਪਤਾਸਿਆਂ ਦਾ ਕੀ ਹੈ ਅਰਦਲੀ ਤੋਂ ਮੰਗਵਾ ਲੈਨੇ ਮੁਰਗੇ ਮੈ ਰਿੰਨ ਦੰਨੀਆਂ RAM ਦੇਵਾਲ ਦੀਆਂ ਅੱਖਾਂ ਵਿੱਚ ਛਲਕੇ ਪਾਣੀ ਨੂੰ ਦੇਖ ਕੇ ਤੇਜੋ ਦੀਆਂ ਅੱਖਾਂ ਵੀ ਸਿਮ ਆਈਆਂ ਹੂੰ ਬਾਜ਼ਾਰੋਂ ਖੇਲਾ ਪਤਾਸੇ ਮੰਗਵਾ ਕੇ ਮੇਰਾ ਜਲੂਸ ਕੱਢ ਦੇ ਅਗਲੇ ਪਹਿਲਾਂ ਹੀ ਮਾਨਣੀ ਮੈਂ ਜੱਜਾਂ ਜੱਜ ਜੱਜ ਕਦੇ ਖੇਲਾ ਪਤਾਸਾ ਪਤਾਸੀ ਨਹੀਂ ਖਾਂਦੇ ਘਰ ਦੀ दारू ਨਹੀਂ ਪੀਂਦੇ ਉਹ ਮੱਕ ਡਾਵਲ ਪੀਂਦੇ ਹਨ ਕਲਾਕਾਂ ਤੇ ਰੋਸਟਡ ਚਿਕਨ ਖਾਂਦੇ ਹਨ ਮੈਂ ਵੀ ਇਸੇ ਤਰ੍ਹਾਂ ਕਰਾਂਗਾ RAM ਦਾ ਦਿਆਲ ਦੀਆਂ ਬੁਝਾਰਤਾਂ ਦੀ ਤੇਜੋ ਨੂੰ ਸਮਝ ਨਾ ਆਈ ਉਹ ਪਹਿਲੀ ਵਾਰ ਸੀ ਜਦੋਂ ਸ਼ਰਾਬੀ ਜੇ RAM ਦੇয়াল ਤੋਂ ਉਹਨੂੰ ਡਰ ਆਇਆ ਸੀ ਦੀਵਿਆਂ ਦਾ ਸਮਾਂ ਹੋ ਗਿਆ ਸੀ ਡਰੀ ਸੈਮੀ ਉਹ ਰੂਮ ਬੱਤੀ ਦਾ ਇੰਤਜ਼ਾਮ ਕਰਨ ਲੱਗੀ ਆਧੁਨਿਕ ਸਟਾਈਲ ਦੀ ਕੋਠੀ ਤੇ ਮਾਡਰਨ ਡਰਾਇੰਗ ਰੂਮ ਚ ਬੈਠੇ ਰਾਮਦੇਵਾਲ ਨੂੰ ਲੱਗ ਰਿਹਾ ਸੀ ਉਹ ਸ਼ੀਸ਼ੇ ਦੇ ਘਰ ਚ ਕੈਦ ਸੀ ਉਹ ਤਾਂ ਜੰਗਲ ਦਾ ਫੁੱਲ ਸੀ ਉਹਨੂੰ ਉਥੋਂ ਉਜਾੜ ਕੇ ਗਮਲੇ ਚ ਸਜਾ ਕੇ ਮਹਾਨਗਰ ਦਾ ਸ਼ਿੰਗਾਰ ਬਣਾ ਦਿੱਤਾ ਇੱਥੇ ਉਹਦਾ ਸਾਹ ਘੁੱਟ ਰਿਹਾ ਹੈ ਉਧਰ ਉਸ ਬਿਨਾਂ ਜੰਗਲ ਸੁੱਕ ਰਿਹਾ ਹੈ ਪਤਨੀ ਨੇ ਕਈ ਸੁਨੇਹ ਕੱਲੇ ਦੀਵੇ ਵਾਲੇ ਤੇ ਲక్ష్ਮੀ ਦੀ ਪੂਜਾ ਕਰੇ ਪਰ ਉਹਨੂੰ ਤਾਂ ਅਜ ਹਨੇਰੇ ਨਾਲ ਹੀ ਮੋਹ ਹੋ ਗਿਆ ਬੁੱਤ ਬਣੇ ਉਹ ਬਿਟਰ ਬਿਟਰ ਤੱਕਦਾ ਰਿਹਾ ਤੁਹਾਨੂੰ ਕੀ ਹੋ ਗਿਆ ਜੇ ਨਹੀਂ ਮੰਨਤੇ ਲਾਉਣਾ ਸੀ ਤਾਂ ਪਹਿਲਾਂ ਹੀ ਦੱਸ ਦਿੰਦੇ ਆਪਾਂ ਪਿੰਡ ਹੀ ਚਲੇ ਜਾਂਦੇ ਰੋਣ ਹੱਕੀ ਹੋਈ ਰੋਣ ਹੱਕੀ ਹੋਈ ਤੇ ਜੋ ਨਹੀਂ ਉਹਦਾ ਬੋਡਾ ਝੰਡੋੜਿਆ ਲਿਆ ਝੋਲਾ ਫੜਾ ਮੈਂ ਖੇਲਾ ਪਤਾਸੀ ਲਿਆਵਾ ਅਸੀਂ ਇੱਥੇ ਵੀ ਪਿੰਡ ਵਰਗੀ ਦੀਵਾਲੀ ਮਨਾਵਾਂਗੇ ਕੋਈ ਹੱਸਦਾ ਹੱਸੀ ਜਾਏ ਕੋਈ ਝੱਲਾ ਆਖਦਾ ਆਖੀ ਜਾਏ ਮੈਨੂੰ ਕਿਸੇ ਦੀ ਪਰਵਾਹ ਨਹੀਂ ਝੋਲਾ ਚੁੱਕ ਕੇ ਬਾਜ਼ਾਰ ਜਾਂਦੇ RAM Dyal ਨੂੰ ਰੋਕਣ ਦੀ ਉਹਦੀ ਹਿੰਮਤ ਨਾ ਪਈ RAM Dyal ਨੇ ਦੂਰ ਦੂਰ ਨਜ਼ਰ ਦੁੜਾਈ ਉਜਾੜ ਬਿਆਬਾਨ ਚੁਸਰੀਆਂ ਜੱਜਾਂ ਦੀਆਂ ਕੋਠੀਆਂ 'ਚ ਹਨੇਰਾ पसਰਿਆ ਹੋਇਆ ਸੀ। ਕਿਧਰੇ ਕਿਧਰੇ ਟਿਮਟਿਮਉਂਦੇ ਇੱਕਦ ਦੀਵੇ ਦੀ ਹਨੇਰੇ ਅੱਗੇ ਕੋਈ ਪੇਸ਼ ਨਹੀਂ ਸੀ ਜਾ ਰਹੀ। ਦੂਰ ਛੱਜ ਘਾੜਿਆਂ ਦੀ ਬਸਤੀ 'ਚ ਚਾਨਣ ਵੰਡਦੇ ਸੈਂਕੜੇ ਦੀਵੇ ਹਾਕਾ ਮਾਰਨ ਲੱਗੇ। ਉੱਥੋਂ ਆਉਂਦੀ ਢੋਲ ਦੀ ਹਲਕੀ ਹਲਕੀ ਆਵਾਜ਼ ਨੇ ਉਹਦੇ ਪੈਰਾਂ 'ਚ ਕੰਬਣੀ ਛੇੜ ਦਿੱਤੀ। ਉਹਦਾ ਦਿਲ ਵੀ ਭੰਗੜੇ ਪਾਉਣ ਤੇ ਹਿੱਕਾਂ ਲਾਉਣ ਲਈ ਮਚਲਣ ਲੱਗਿਆ। ਘੁੰਗਰੂਆਂ ਦੀ ਛਣਕਾਰ ਉਹਦੇ ਮਨ ਦਾ ਕਾਫੀ ਬੋਝ ਹਲਕਾ ਕਰ ਗਈ ਸੀ। ਯਾਰਾਂ ਤੇ ਗੁੱਸਾ ਵੀ ਘਟ ਨਹੀਂ ਸੀ ਆ ਰਿਹਾ ਇੱਕ ਇੱਕ ਨੂੰ ਸੁਨੇਹਾ ਕੱਲਿਆ ਸੀ ਕੋਈ ਵੀ ਆ ਜਾਂਦਾ ਦਿਵਾਲੀ ਰੰਗੀਨ ਹੋ ਜਾਂਦੀ ਉਹਦਾ ਅੰਦਰਲਾ RAMU ਦੋਸਤਾਂ ਦਾ ਪੱਖ ਪੂਰ ਰਿਹਾ ਸੀ ਹੋ ਸਕਦਾ ਹੈ ਕਿੰਦੇ ਕੋਲ ਵਧੀਆ ਕੱਪੜੇ ਨਾ ਹੋਣ ਤੇ ਮਿੰਦੇ ਕੋਲ ਕਰਾਇਆ ਕਿਵੇਂ ਆਉਂਦੇ ਵਿਚਾਰੇ ਢੋਲ ਦੀ ਤਾਲ ਨਾਲ ਤਾਲ ਮਿਲਾਉਂਦੇ ਤੇ ਹੱਥਲੇ ਝੋਲੇ ਨੂੰ ਪੱਟ ਤੇ ਨਚਾਉਂਦੇ RAM DEVAL ਨੂੰ ਪਤਾ ਵੀ ਨਾ ਲੱਗਾ ਕਦੋਂ ਬਾਜ਼ਾਰ ਗਿਆ ਕਦੋਂ ਖਿਲਾ ਪਟਾਸੀਆਂ ਤੇ ਲੱਡੂਆਂ ਨਾਲ ਝੋਲਾ ਭਰਿਆ ਤੇ ਕਦੋਂ ਵਾਪਸ ਮੁੜ ਪਿਆ ਸਫੈਦਿਆਂ ਦੇ ਸੁੱਕੇ ਪੱਤੇ ਉੱਪਰ ਹੁੰਦੀ ਪੈੜ ਚਾਲਦੇ ਉਹਨੂੰ ਸਾਵਧਾਨ ਕੀਤਾ ਅੱਖਾਂ ਉੱਪਰ ਪੂਰਾ ਜ਼ੋਰ ਦੇ ਕੇ ਉਹਨੇ ਹਨੇਰੇ ਵਿੱਚੋਂ ਉਕਰਦੇ ਐਕਸ ਨੂੰ ਪਛਾਣਨ ਦਾ ਯਤਨ ਕੀਤਾ ਚਿੱਟਾ ਕੁੜਤਾ ਚਿੱਟਾ ਚਾਦਰਾਂ ਕੁллеਦਾਰ ਪੱਗ ਤੇ ਲਿਸ਼ਕਵਿੰ ਚੁੱਤੀ ਐਕਸ ਵਿੱਚ ਗਿੰਦਾ ਮਿੰਦਾ ਜਬ ਬਾਪੂ ਕੋਈ ਵੀ ਪ੍ਰਗਟ ਹੋ ਸਕਦਾ ਸੀ ਪਰ ਨਹੀਂ ਹੋਇਆ ਇਹ ਕੋਈ ਬੁੱਢਾ ਸੀ ਜੋ ਉਹਦਾ ਰਸਤਾ ਰੋਕੀ ਖੜਾ ਸੀ ਦੇਖਦੇ ਆਂ ਦੇਖਦੇ ਆ ਉਹਦਾ ਸਰੀਰ RAM ਦਿਆਲ ਦੇ ਪੈਰਾਂ 'ਚ ਢੇਰ ਹੋ ਗਿਆ ਕਾਨਿਆਂ ਵਰਗੀਆਂ ਬਾਹਾਂ ਤੋਂ ਫੜ ਕੇ ਖੜਾ ਕਰਦੇ RAM Dyal ਨੇ ਬੁੱਢੇ ਦੇ ਚਿਹਰੇ ਨੂੰ ਪੰਪਿਆ ਹੌਕੇ ਪਰਦੇ ਬੁੱਢੇ ਦੀਆਂ ਅੱਖਾਂ ਪੁੰਝਦੇ RAM Dyal ਦਾ ਗੱਜ ਭਾਰ ਆਇਆ ਉਹਨੇ ਬੁੱਢੇ ਨੂੰ ਹਿੱਕ ਨਾਲ ਲਾ ਲਿਆ ਇਸ ਬੁੱਢੇ ਨੂੰ ਕੁਝ ਦਿਨ ਪਹਿਲਾਂ ਹੀ ਉਹਨੇ 50 ਹਜ਼ਾਰ ਮੁਆਵਜ਼ਾ ਦਵਾਇਆ ਸੀ ਸੂਰਜ ਟਰਾਂਸਪੋਰਟ ਦੇ ਸ਼ਰਾਬੀ ਮੁੰਡੇ ਤੋਂ ਇਹਦਾ ਮੁੰਡਾ ਤਿੰਨ ਬੱਸੇਟਾਂ ਕੁਚਲੇ ਗਏ ਸਨ ਉਹਨਾਂ ਦੇ ਪੰਜ ਬੱਚੇ ਮਾਂ-ਬਾਪ ਦੇ ਨਾਲ ਰੋਟੀ ਤੋਂ ਵੀ ਮੁਤਾਜ ਹੋ ਗਏ ਉਹਨੂੰ ਪਤਾ ਸੀ ਉਹ ਟਰਾਂਸਪੋਰਟ ਨੂੰ ਭਾਰੀ ਭਾਵੇਂ ਪੂਰੀ ਸਜ਼ਾ ਕਰ ਦੇ ਫਿਰ ਵੀ ਬੱਚਿਆਂ ਦਾ পেট ਨਹੀਂ ਭਰਨਾ ਸਮਝਾਵ ਜਾ ਕੇ ਉਹਨੇ ਟਰਾਂਸਪੋਰਟ ਤੋਂ ਮੁਆਵਜ਼ਾ ਦਵਾ ਦਿੱਤਾ ਸੀ ਤੁਸੀਂ ਮੇਰੇ ਬੱਚਿਆਂ ਨੂੰ ਰੋਟੀ ਬਖਸ਼ੀ ਹੈ ਹਜ਼ੂਰ ਮੈਂ ਡਰਦਾ ਡਰਦਾ ਮੂੰਹ ਨੇਰੇ ਆਇਆ ਕਿਦਰੇ ਕੋਈ ਦੇਖ ਨਾ ਲਵੇ ਦੀਵਾਲੀ ਮੁਬਾਰਕ ਹੋਵੇ ਹਜ਼ੂਰ ਆਖਦੇ ਸਾਧੂ ਨੇ ਕੰਬਦੇ ਹੱਥਾਂ ਨਾਲ ਇੱਕ ਪਰਨਾ ਉਸ ਅੱਗੇ ਕੀਤਾ ਉਹਦੇ ਦੋਹਾਂ ਸਿਰਿਆਂ ਤੇ ਦਿੱਤੀਆਂ ਛੋਟੀਆਂ ਛੋਟੀਆਂ ਗੰਡਾਂ 'ਚ ਕੁਝ ਬੰਨਿਆ ਹੋਇਆ ਸੀ ਕੀ ਆ ਇਸ ਵਿੱਚ ਗੰਡਾ ਵੇਖ ਉਹਦੀਆਂ ਅੱਖਾਂ ਸੂਈਆਂ ਹੋ ਗਈਆਂ ਤੇ ਪਰਵੱਟੇ ਚੜ ਗਏ ਅਸੀਂ ਅਸੀਸਾਂ ਤੋਂ ਬਿਨਾ ਕੀ ਦੇਣ ਜੋ ਗਿਆ ਹਜ਼ੂਰ ਆ ਖੇਲਾ ਪਤਾਸੇ ਨੇ ਆ ਬੱਚਿਆਂ ਲਈ ਮੋਮਬਤੀਆਂ ਮੋਮਬਤੀਆਂ ਦਾ ਨਾਂ ਸੁਣ ਕੇ RAM Dyal ਦਾ ਸਾਰਾ ਗੁੱਸਾ ਖੰਭ ਲਾ ਗਿਆ ਉਹਨੂੰ ਲੱਗਿਆ ਉਹਦੇ ਵਾਰਸਾਂ ਨੇ ਸੂਰੇਜ ਦੇ ਵਾਰਸਾਂ ਹੱਥ ਸੁਨੇਹਾ ਘੱਲਿਆ ਪਰਨੇ ਨੂੰ ਉਹਨੇ ਮੱਥੇ ਨਾਲ ਲਾਇਆ ਚੁੰਮਿਆਂ ਤੇ ਹਾਰ ਜਿਆ ਬਣਾ ਕੇ ਗੱਲ ਚ ਲਟਕਾ ਲਿਆ ਖੇਲਾ ਪਤਾਸਿਆਂ ਵਿੱਚ ਸੁਦਾਮਾ ਦੇ ਸੱਤੂਆ ਵਰਗੀ ਮੈਂ ਕੀਤਾ ਸੀ ਉਹਦਾ ਮੁਰਝਾਇਆ ਚਿਹਰਾ ਖੇੜੋਠਿਆ ਉਹਨੂੰ ਲੱਗਿਆ ਉਹਦੀ ਤਪੱਸਿਆ ਚਾਨਣ ਨੂੰ ਕੁਲੀਆਂ 'ਚ ਝਾਤ ਮਾਰਨ ਲਈ ਮਜਬੂਰ ਕਰ ਰਹੀ ਹੈ ਅੱਜ ਕਿਦਰੇ ਕਾਚੀ ਤੇ ਪਿਆਰਾ ਹੁੰਦੇ ਤਾਂ ਫੁੱਲੇ ਨਾ ਸਮਾਉਂਦੇ ਉਹ ਨਹੀਂ ਤਾਂ ਕੀ ਉਹਨਾਂ ਦਾ ਵਾਰਸ ਤਾਂ ਜਿਉਂਦਾ ਜਾਗਦਾ ਹੈ ਉਹਨਾਂ ਦੀ ਜਲਾਈ ਜੋਤ ਝਖੜਾਂ ਤੋਂ ਬਚਾਉਂਦਾ ਆ ਰਿਹਾ ਹੈ ਉਹ ਇਹਨੂੰ ਆਂਚ ਵੀ ਨਹੀਂ ਆਉਣ ਦੇਗਾ ਜਿੰਨਾ ਚਿਰ ਇਸ ਜੋਤ ਦੀ ਰੌਸ਼ਨੀ ਕੁਲੀਆਂ ਕੁੱਲੀ ਤੇ ਕਿ ਵੇੜੇ ਵੇੜੇ ਉਹਨਾਂ ਦੇ ਅਸਲੀ ਵਾਰਸਾਂ ਤੱਕ ਪੁੱਜ ਨਹੀਂ ਜਾਂਦੀ। ਹਥਲਾ ਝੋਲਾ ਉਹਨੂੰ ਬੋਝਲ-ਬੋਝਲ ਲੱਗਿਆ। ਆਪਣਾ ਬੋਝ ਲਾ ਕੇ ਉਹਨੇ ਸਾਧੂ ਦੇ ਮੋਢੇ ਤੇ ਲਟਕਾ ਦਿੱਤਾ। ਉਹ ਜਾਵੇ ਇਹਦਾ ਇੱਕ-ਇੱਕ ਕਿਣਕਾ ਕਰਕੇ ਵੇੜੇ ਵਿੱਚਲੇ ਰਾਮੂਆਂ 'ਚ ਵੰਡ ਦੇਵੇ। ਤੇ ਉਹ ਆਪ ਸਾਧੂਆਂ ਵੱਲੋਂ ਮੋਢਿਆਂ ਤੇ ਲਟਕਾਈ ਜ਼ਿੰਮੇਵਾਰੀਆਂ ਦੀ ਪੰਡ ਨੂੰ ਸੰਭਾਲਦਾ, ਲੰਬੀਆਂ-ਲੰਬੀਆਂ ਪੁਲੰਘਾਂ ਭਰਦਾ ਕੋਠੇ ਵੱਲ ਵਧਣ ਲੱਗਿਆ।